ਤੇ ਅੱਜ ਆਪਾਂ ਗੱਲ ਕਰਾਂਗੇ ਉਸ ਸਿੱਖ ਮਹਾਨ ਜਰਨੈਲ ਦੀ ਜਰਨਲ ਯੋਰਾਵਰ ਸਿੰਘ ਜੀ ਦੀ। 90% ਲੋਕ 95% ਲੋਕ ਇਹਨਾਂ ਦਾ ਇਤਿਹਾਸ ਨਹੀਂ ਜਾਣਦੇ, ਇਹਨਾਂ ਦੇ ਇਤਿਹਾਸ ਨੂੰ ਅਣਗੋਲਿਆ ਗਿਆ। ਇਹ ਉਸ ਮਹਾਨ ਯੋਧੇ ਦਾ ਇਤਿਹਾਸ ਅੱਜ ਬਦਲਿਆ ਜਾ ਰਿਹਾ। ਇਹ ਆਪਣੇ ਮਿੱਤਰ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਆ ਜਾਂਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੁਛ ਪ੍ਰਕਿਰਿਆ ਲਈ ਇਹਨਾਂ ਦੀ, ਤੇ ਪ੍ਰਕਿਰਿਆ ਘੋੜ ਸਵਾਰੀ ਤਰਵਾਲਬਾਜ਼ੀ ਦੇ ਵਿੱਚ ਤੇ ਪਹਿਲੇ ਮਾਹਰ ਸਨ, ਤੇ ਹੋਰ ਜ਼ਰੂਰੀ ਪ੍ਰਕਿਰਿਆ ਲੈ ਕੇ ਇਹਨਾਂ ਨੂੰ ਸਿੱਖ ਰਾਜ ਦੀ ਫੌਜ ਦੇ ਵਿੱਚ ਭਰਤੀ ਕਰ ਲਿਆ ਗਿਆ ਸਿਪਾਹੀ ਦੇ ਤੌਰ ਤੇ। ਇੱਕ ਸਲੀਪੇਦਾਰ ਦੇ ਥੱਲੇ 40 ਫੌਜੀਆਂ ਦੀ ਟੁਕੜੀ ਆ ਜਾਂਦੀ ਹੈ। 40 ਫੌਜੀਆਂ ਦਾ ਕਮਾਂਡਰ ਬਣਾ ਦਿੱਤਾ ਜਨਰਲ ਜ਼ੋਰਾਵਰ ਸਿੰਘ ਦੀ ਦਲੇਰੀ ਦੇਖ ਕੇ, ਬਹਾਦਰੀ ਦੇਖ। ਜੋ ਸਾਡਾ ਕਿਸ਼ਨ ਸਿੰਘ ਰਾਜਾ ਵਾ ਉਹ ਯੈਸ਼ੀ ਆ ਤੇ ਜਨਾਨੀਬਾਜ ਆ, ਉਹਨੂੰ ਰਾਜ ਦਾ ਕੋਈ ਫਿਕਰ ਨਹੀਂ, ਪ੍ਰਜਾ ਦਾ ਕੋਈ ਫਿਕਰ ਨਹੀਂ ਕਿ ਇਹਨਾਂ ਨੇ ਇੱਕ ਕਿਲੇ ਇੱਕ ਰਾਜ ਨੂੰ ਜਿੱਤ ਲਿਆ ਸਿਰਫ 40 ਸਿਪਾਹੀਆਂ ਦੇ ਨਾਲ। ਇਸ ਇਹਨਾਂ ਦੀ ਬਹਾਦਰ ਦੇ ਨਾਲ, ਇਹਨਾਂ ਦੀ ਦਲੇਰੀ ਦੇ ਨਾਲ ਇਹਨਾਂ ਸਿਰਫ 40 ਸਿਪਾਹੀਆਂ ਦੇ ਨਾਲ ਇਸ ਰਾਜ ਨੂੰ ਫਤਿਹ ਕਰਕੇ ਖਾਲਸਾ ਰਾਜ ਦੇ ਵਿੱਚ ਮਿਲਾ ਲਿਆ। ਇਹ ਗੋਰਿਆਂ ਨਾਲ ਰਲ ਗਏ ਸੀ। ਗੋਰਿਆਂ ਜਦੋਂ ਇਹਨਾਂ ਸੂਤਰਾਂ ਨਾਲ ਇਹ ਪਤਾ ਲੱਗਾ ਕਿ ਜਨਰਲ ਜ਼ੋਰਾਵਰ ਸਿੰਘ ਜੀ ਇੱਕ ਐਡੀ ਤਕੜੀ ਵਿਉਂਤਬੰਦੀ ਬਣਾ ਹੀ ਬੈਠੇ ਨੇ ਕਿ ਗੋਰਿਆਂ ਨੂੰ ਇਹਨਾਂ ਦੇ ਰਾਜ ਤੋਂ ਭਜਾਉਣਾ ਚਾਹੁੰਦੇ, ਤੇ ਇਹਨਾਂ ਨੇ ਫਿਰ ਇਹ ਗੱਲ ਜਿਹੜੀ ਡੋਗਰਿਆਂ ਨਾਲ ਗੋਰਿਆਂ ਨੂੰ ਦੱਸ ਦਿੱਤੀ ਤੇ ਉਹਨਾਂ ਦੇ ਹੋਸ਼ ਉੱਡ ਗਏ ਕਿ ਐਡੀ ਤਕੜੀ ਰਣਨੀਤੀ ਇਹਦੇ ਸਾਨੂੰ ਪੈਣਾ ਚਾਹੁੰਦੇ, ਸਾਡੇ ਰਾਜ ਨੂੰ ਧਿਆਉਣਾ ਚਾਹੁੰਦੇ ਆ। ਰਾਸ਼ਨ ਦੀ ਕਮੀ ਹੋਣ ਕਾਰਨ, ਪਹਾੜਾਂ ਦੇ ਵਿੱਚ ਇੰਨੀ ਠੰਡ ਦੇ ਵਿੱਚ ਅੱਗ ਨਾ ਬਲਣ ਕਰਕੇ ਉਹਨਾਂ ਨੂੰ ਕੱਚਾ ਮਾਸ ਤੇ ਕੱਚੇ ਚੌਲ ਖਾਣੇ ਪੈਂਦੇ ਸਨ ਤੇ ਉਹਨਾਂ ਦੇ ਨਾਲ ਬਹੁਤ ਬਿਮਾਰੀਆਂ ਫੈਲ ਚੁੱਕੀਆਂ ਸਨ। ਅੱਜ ਆਪਾਂ ਗੱਲ ਕਰਾਂਗੇ ਸਿੱਖ ਰਾਜ ਦੇ ਉਸ ਮਹਾਨ ਜਰਨੈਲ ਦੀ, ਜਿਸ ਦਾ ਮਾਸ ਦੁਸ਼ਮਣਾਂ ਦੇ ਵਿੱਚ ਬੋਟੀ ਬੋਟੀ ਕਰਕੇ ਵੀ ਗਿਆ, ਜਿਸ ਦੀ ਲਾਸ਼ ਬਦਲੇ ਦੁਸ਼ਮਣ ਆਪਸ ਦੇ ਵਿੱਚ ਲੜ ਪਏ, ਉਸ ਮਹਾਨ ਜਰਨੈਲ ਦੀ ਜਿਸ ਨੇ 17 ਸਾਲ ਦੀ ਉਮਰ ਦੇ ਤੱਕ 3 ਸ਼ੇਰਾਂ ਦਾ ਸ਼ਿਕਾਰ ਕਰ ਦਿੱਤਾ ਸੀ। ਸਿੱਖ ਰਾਜ ਨੂੰ ਚੀਨ ਤੱਕ ਫੈਲਾਉਣ ਵਾਲਾ ਇਹ ਯੋਧਾ, ਜਿਸ ਦੀ ਅੱਜ ਵੀ ਤਿੱਬਤੀ ਲੋਕ ਪੂਜਾ ਕਰਦੇ ਆ, ਉਸ ਮੱਟ ਤੇ ਅੱਜ ਵੀ ਮੱਥਾ ਟੇਕਦੇ ਆ। ਤੇ ਅੱਜ ਆਪਾਂ ਗੱਲ ਕਰਾਂਗੇ ਉਸ ਸਿੱਖ ਮਹਾਨ ਜਰਨੈਲ ਦੀ, ਜਨਰਲ ਯੋਰਾਵਰ ਸਿੰਘ ਜੀ ਦੀ। 90% ਲੋਕ 95% ਲੋਕ ਇਹਨਾਂ ਦਾ ਇਤਿਹਾਸ ਨਹੀਂ ਜਾਣਦੇ, ਇਹਨਾਂ ਦੇ ਇਤਿਹਾਸ ਨੂੰ ਅਣਗੋਲਿਆ ਗਿਆ। ਇਹ ਉਸ ਮਹਾਨ ਯੋਧੇ ਦਾ ਇਤਿਹਾਸ ਅੱਜ ਬਦਲਿਆ ਜਾ ਰਿਹਾ। ਅੱਜ ਆਪਾਂ ਗੱਲ ਕਰਾਂਗੇ ਕਿ ਇਹਨਾਂ ਦਾ ਜਨਮ ਕਾਂਗੜਾ ਘਾਟੀ ਦੇ ਪਿੰਡ ਅੰਸਾਰੀ ਵਿੱਚ ਹੋਇਆ ਤੇ ਸਰਦਾਰ ਹਰਜੀਤ ਸਿੰਘ ਜੀ ਦੇ ਘਰ ਇਹਨਾਂ ਦਾ ਜਨਮ ਹੋਇਆ। ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਹਰਜੀਤ ਸਿੰਘ ਜੀ ਤੇ ਇਹ ਪੜ੍ਹਾਈ ਦੇ ਨਾਲ ਨਾਲ ਜੰਗੀ ਜੋਰਾਂ ਦੇ ਵਿੱਚ ਵੀ ਬਹੁਤ ਤੇਜ਼ ਸਨ ਬਚਪਨ ਤੋਂ ਹੀ। ਤੇ ਇਹਨਾਂ ਨੇ 17 ਸਾਲ ਦੀ ਉਮਰ ਦੇ ਵਿੱਚ 3 ਸ਼ੇਰਾਂ ਦਾ ਸ਼ਿਕਾਰ ਕਰ ਦਿੱਤਾ ਸੀ ਤੇ ਇਹਨਾਂ ਦੇ ਆਸ ਪਾਸ ਦੇ ਸੂਬਿਆਂ ਦੇ ਵਿੱਚ ਇਹਨਾਂ ਦੇ ਆਮ ਹੀ ਚਰਚੇ ਹੋਣ ਲੱਗ ਗਏ। ਐਡੇ ਬਹਾਦਰ ਸਨ, ਐਡੇ ਦਲੇਰ ਸਨ ਕਿ 17 ਸਾਲ ਦੀ ਉਮਰ ਤੱਕ 3 ਸ਼ੇਰਾਂ ਦਾ ਇਹ ਸ਼ਿਕਾਰ ਕਰ ਚੁੱਕੇ ਸਨ। ਤੇ ਜਦੋਂ ਇਸ ਬਹਾਦਰ ਨੇ ਸੋਚਿਆ ਕੁਛ ਕਰਨ ਦਾ, ਜ਼ਿੰਦਗੀ 'ਚ ਕੁਛ ਬਣਨ ਦਾ, ਤੇ ਉਸ ਟਾਈਮ ਸਿੱਖ ਕੌਮ ਦੇ ਵਿੱਚ, ਸਿੱਖ ਰਾਜ ਦੇ ਵਿੱਚ ਸਿਪਾਹੀ ਬਣਨਾ ਇੱਕ ਮਾਣ ਦਾ ਪ੍ਰਤੀਕ ਮੰਨਿਆ ਜਾਂਦਾ ਸੀ, ਇੱਕ ਮਾਣ ਵਾਲੀ ਗੱਲ ਮੰਨਿਆ ਜਾਂਦਾ ਸੀ। ਹਰ ਕੋਈ ਉਸ ਟਾਈਮ ਦੇ ਵਿੱਚ ਖਾਲਸਾ ਰਾਜ ਦੀ ਫੌਜ ਦੇ ਵਿੱਚ ਆਉਣਾ ਚਾਹੁੰਦੇ ਸੀ। ਤੇ ਇਹ ਜਨਰਲ ਜ਼ੋਰਾਵਰ ਸਿੰਘ ਜੀ ਨੇ ਸੋਚਿਆ ਕਿ ਮੈਂ ਖਾਲਸਾ ਫੌਜ ਦੇ ਵਿੱਚ ਭਰਤੀ ਹੋਣਾ ਤੇ ਆਪਣੇ ਮਿੱਤਰ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਆ ਜਾਂਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੁਛ ਪ੍ਰਕਿਰਿਆ ਲਈ ਇਹਨਾਂ ਦੀ ਤੇ ਪ੍ਰਕਿਰਿਆ ਘੋੜ ਸਵਾਰੀ ਤਰਵਾਲਬਾਜ਼ੀ ਦੇ ਵਿੱਚ ਤੇ ਪਹਿਲੇ ਮਾਹਰ ਸਨ ਤੇ ਹੋਰ ਜ਼ਰੂਰੀ ਪ੍ਰਕਿਰਿਆ ਲੈ ਕੇ ਇਹਨਾਂ ਨੂੰ ਸਿੱਖ ਰਾਜ ਦੀ ਫੌਜ ਦੇ ਵਿੱਚ ਭਰਤੀ ਕਰ ਲਿਆ ਗਿਆ ਸਿਪਾਹੀ ਦੇ ਤੌਰ 'ਤੇ। ਤੇ ਇਹਨਾਂ ਨੂੰ ਛੋਟੀਆਂ ਮੁਹਿੰਮਾਂ 'ਤੇ ਅਕਸਰ ਭੇਜਿਆ ਜਾਂਦਾ ਸੀ ਕਿਉਂਕਿ ਇਹ ਦਲੇਰ ਸਨ, ਇਹਨਾਂ ਦੀ ਦਲੇਰੀ ਪਰਖਣ ਦੇ ਲਈ ਇਹਨਾਂ ਨੂੰ ਛੋਟੀਆਂ ਮੁਹਿੰਮਾਂ 'ਤੇ ਭੇਜਿਆ ਗਿਆ ਤੇ ਉਸ ਮੁਹਿੰਮਾਂ ਦੇ ਵਿੱਚ ਇਹਨਾਂ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਉਸ ਮੁਹਿੰਮਾਂ ਨੂੰ ਇਹਨਾਂ ਨੇ ਫਤਿਹ ਕੀਤਾ। ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹਨਾਂ ਨੂੰ ਖੁਸ਼ ਹੋ ਕੇ ਇੱਕ ਸਲੀਪੇਦਾਰ ਬਣਾ ਦਿੱਤਾ ਅਤੇ ਇੱਕ ਸਲੀਪੇਦਾਰ ਦੇ ਥੱਲੇ 40 ਫੌਜੀਆਂ ਦੀ ਟੁਕੜੀ ਆ ਜਾਂਦੀ ਹੈ। 40 ਫੌਜੀਆਂ ਦਾ ਕਮਾਂਡਰ ਬਣਾ ਦਿੱਤਾ ਜਨਰਲ ਜ਼ੋਰਾਵਰ ਸਿੰਘ ਦੀ ਦਲੇਰੀ ਦੇਖ ਕੇ, ਬਹਾਦਰੀ ਦੇਖ ਕੇ। ਅਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਉਸ ਟਾਈਮ ਟਰਨਿੰਗ ਪੁਆਇੰਟ ਆਉਂਦਾ, ਜ਼ਿੰਦਗੀ ਦੇ ਵਿੱਚ ਉਸ ਟਾਈਮ ਵੱਡਾ ਮੋੜ ਆਉਂਦਾ ਜਦੋਂ ਇਹਨਾਂ ਨੂੰ 40 ਸਿਪਾਹੀਆਂ ਦੇ ਨਾਲ ਇੱਕ ਬਹੁਤ ਵੱਡੀ ਮੁਹਿੰਮ 'ਤੇ ਭੇਜਿਆ ਜਾਂਦਾ ਅਤੇ ਉੱਥੋਂ ਜਿੱਤ ਪ੍ਰਾਪਤ ਕਰਕੇ ਇਹ ਵਾਪਸ ਆ ਰਹੇ ਸੀ ਜੰਮੂ ਰਿਹਾਸੀ ਦੇ ਕਿਲੇ ਦੇ ਕੋਲ। ਅਤੇ ਇਹਨਾਂ ਨੂੰ ਆਉਂਦੇ ਹਨੇਰਾ ਹੋ ਗਿਆ ਅਤੇ ਇਹਨਾਂ ਨੇ ਸੋਚਿਆ ਉੱਥੇ ਪੜਾਅ ਕਰਨ ਦਾ। ਅਤੇ ਇਹਨਾਂ ਨੇ ਜਦੋਂ ਪੜਾਅ ਕੀਤਾ ਅਤੇ ਜਿਹੜਾ ਉਸ ਰਾਜ ਦਾ ਰਾਜਾ ਸੀ ਜਿੱਥੇ ਇਹਨਾਂ ਨੇ ਆਪਣਾ
ਟਿਕਾਣਾ ਕੀਤਾ ਸੀ ਠਹਿਰਨ ਦਾ। ਅਤੇ ਉਸ ਜਿਹੜਾ ਰਾਜਾ ਸੀ ਉਹ ਅੱਤ ਦਰਜੇ ਦਾ ਉਹ ਯੈਸ਼ੀ ਸੀ, ਜਨਾਨੀਵਾਜ਼ ਰਾਜਾ ਸੀ। ਉਸਦੀ ਪ੍ਰਜਾ ਉਸ ਤੋਂ ਬਹੁਤ ਦੁਖੀ ਸੀ, ਉਸਦੇ ਵਜ਼ੀਰ ਉਸਦੇ ਬਹੁਤ ਵਿਰੁੱਧ ਹੋ ਚੁੱਕੇ ਸਨ। ਅਤੇ ਇਹਦੇ ਨਾਲ ਲੱਗਦਾ ਇੱਕ ਹੋਰ ਰਾਜ ਸੀ, ਉਸ ਰਾਜੇ ਦਾ ਨਾਂ ਸੀ ਭੁਪਿੰਦਰ ਸਿੰਘ। ਉਹ ਅੱਤ ਦਰਜੇ ਦਾ ਜ਼ਾਲਮ, ਅੱਤ ਦਰਜੇ ਦਾ ਜ਼ੁਲਮ ਕਰਨ ਵਾਲਾ ਆਪਣੀ ਪ੍ਰਜਾ 'ਤੇ ਰਾਜਾ ਸੀ। ਅਤੇ ਉਸਨੇ ਇਸ ਨੂੰ ਇੱਕ ਪੱਤਰ ਭੇਜਿਆ ਕਿ ਸਾਡੀ ਅਧੀਨਗੀ ਮੰਨ ਲਾ, ਨਹੀਂ ਤਾਂ ਅਸੀਂ ਹਮਲਾ ਕਰਕੇ ਤੇਰੇ ਰਾਜ ਨੂੰ ਹਥਿਆ ਲਵਾਂਗੇ। ਸਰਬ ਸਹਿਮਤੀ ਦੇ ਨਾਲ ਤੂੰ ਸਾਡੀ ਹਲੀਮੀ ਮੰਨ ਲਾ ਅਤੇ ਸਾਡੇ ਰਾਜ ਦੇ ਵਿੱਚ ਸ਼ਾਮਲ ਹੋ ਜਾ। ਭੁਪਿੰਦਰ ਸਿੰਘ ਬਹੁਤ ਜ਼ੁਲਮ ਕਰਦਾ ਸੀ ਆਪਣੀ ਪ੍ਰਜਾ 'ਤੇ। ਅਤੇ ਜਿਹੜਾ ਕਿਸ਼ਨ ਸਿੰਘ ਸੀ ਇਹਦਾ ਵਜ਼ੀਰ ਅਤੇ ਪ੍ਰਜਾ ਨੂੰ ਜਦੋਂ ਪਤਾ ਲੱਗ ਇਸਦੇ ਪ੍ਰਜਾ ਨੂੰ ਪਤਾ ਲੱਗਾ ਇਹ, ਕਿਉਂਕਿ ਇਹ ਯੈਸ਼ੀ ਸੀ, ਇਹਨੂੰ ਕੋਈ ਪਰਵਾਹ ਨਹੀਂ, ਫਿਕਰ ਨਹੀਂ ਸੀ ਆਪਣੀ ਪ੍ਰਜਾ ਦੀ, ਕਿਸ਼ਨ ਸਿੰਘ ਰਾਜੇ ਨੂੰ। ਅਤੇ ਇਸਦੀ ਪ੍ਰਜਾ ਵਜ਼ੀਰਾਂ ਨੂੰ ਜਦੋਂ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਅੱਜ ਇੱਥੇ ਠਹਿਰੀ ਹੋਈ ਆ, ਅਤੇ ਉਹ ਰਾਤ ਨੂੰ ਉਹਨਾਂ ਦੇ ਕੋਲ ਜਾਂਦੇ ਆ ਵਜ਼ੀਰ ਅਤੇ ਕੁਛ ਸਿਪਾਹੀ, ਅਤੇ ਉਹਨਾਂ ਦੀ ਪ੍ਰਜਾ ਦੇ ਵਿੱਚੋਂ ਕੁਛ ਮੌਤਵਾਰ ਬੰਦੇ, ਅਤੇ ਉਹ ਜਾ ਕੇ ਜਨਰਲ ਜ਼ੋਰਾਵਰ ਸਿੰਘ ਜੀ ਨੂੰ ਪੂਰੀ ਗੱਲ ਦੱਸਦੇ ਆ, ਫਰਿਆਦ ਕਰਦੇ ਆ, ਬੇਨਤੀ ਕਰਦੇ ਆ ਕਿ ਸਾਡਾ ਜੋ ਸਾਡਾ ਕਿਸ਼ਨ ਸਿੰਘ ਰਾਜਾ ਵਾ ਉਹ ਯੈਸ਼ੀ ਆ ਅਤੇ ਜਨਾਨੀਵਾਜ਼ ਆ, ਉਹਨੂੰ ਰਾਜ ਦਾ ਕੋਈ ਫਿਕਰ ਨਹੀਂ, ਪ੍ਰਜਾ ਦਾ ਕੋਈ ਫਿਕਰ ਨਹੀਂ। ਅਤੇ ਜਿਹੜਾ ਭੁਪਿੰਦਰ ਸਿੰਘ ਆ ਉਹ ਅੱਤ ਦਰਜੇ ਦਾ ਜ਼ੁਲਮੀ ਆਦਮੀ ਆ, ਜ਼ੁਲਮ ਬਹੁਤ ਕਰਦਾ ਉਹ ਪ੍ਰਜਾ 'ਤੇ। ਅਤੇ ਉਸਨੇ ਇਸਨੂੰ ਧਮਕੀ ਭਰਿਆ ਲੈਟਰ ਭੇਜਿਆ ਕਿ ਇੱਕ ਮਹੀਨੇ ਦੇ ਵਿੱਚ ਮੇਰੀ ਅਧੀਨਗੀ ਮੰਨ ਲਾ, ਨਹੀਂ ਤਾਂ ਆਪਾਂ ਹਮਲਾ ਕਰਕੇ ਤੈਨੂੰ ਹਥਿਆ ਲਵਾਂਗੇ। ਅਤੇ ਅਸੀਂ ਜੋ ਇਸਦੇ ਵਜ਼ੀਰ ਸੀ, ਇਸਦੀ ਪ੍ਰਜਾ ਸੀ ਕਿਸ਼ਨ ਸਿੰਘ ਰਾਜੇ ਦੀ, ਇਹ ਉਸਦੇ ਰਾਜ ਦੇ ਵਿੱਚ ਜਾਣਾ ਨਹੀਂ ਚਾਹੁੰਦੇ। ਇਹਨਾਂ ਨਾਲ ਫਰਿਆਦ ਕੀਤੀ ਕਿ ਤੁਸੀਂ ਸਾਨੂੰ ਸਿੱਖ ਰਾਜ ਦੇ ਵਿੱਚ ਮਿਲਾ ਲਵੋ, ਸਿੱਖ ਰਾਜ ਦਾ ਇੱਥੇ ਝੰਡਾ ਗੱਡ ਦੇਵੋ, ਤੁਸੀਂ ਇਸ ਕਿਲੇ 'ਤੇ ਕਿਸ਼ਨ ਸਿੰਘ ਦੇ ਕਿਲੇ 'ਤੇ ਹਮਲਾ ਕਰਕੇ ਇਸ ਨੂੰ ਜਿੱਤ ਲਵੋ ਅਤੇ ਸਾਨੂੰ ਸਿੱਖ ਰਾਜ ਦੇ ਵਿੱਚ ਸ਼ਾਮਲ ਕਰ ਲਵੋ। ਕਿਉਂਕਿ ਉਹ ਪਹਿਲਾਂ ਦੇ ਟਾਈਮ ਦੇ ਵਿੱਚ ਕਿਲਾ ਜਿੱਤਣਾ ਪੈਂਦਾ ਸੀ ਆਪਣੇ ਰਾਜ ਦੇ ਵਿੱਚ, ਉਸ ਜਗ੍ਹਾ ਨੂੰ ਜਿੱਤਣਾ ਪੈਂਦਾ ਸੀ, ਫਤਿਹ ਕਰਨੀ ਪੈਂਦੀ ਸੀ ਆਪਣੇ ਰਾਜ ਦੇ ਵਿੱਚ ਮਿਲਾਉਣ ਦੇ ਲਈ। ਅਤੇ ਜਨਰਲ ਜ਼ੋਰਾਵਰ ਸਿੰਘ ਜੀ ਨੇ ਉਹਨਾਂ ਦੀ ਫਰਿਆਦ ਸੁਣੀ ਅਤੇ ਸਿਪਾਹੀਆਂ ਦੇ ਨਾਲ ਵਿਉਂਤਬੰਦੀ ਬਣਾਈ, ਰਣਨੀਤੀ ਬਣਾ ਕੇ, ਅਤੇ ਇਹਨਾਂ ਨਾਲ ਉਸੇ ਰਾਤ ਉਸ ਕਿਲੇ 'ਤੇ ਸਿਰਫ 40 ਸਿਪਾਹੀਆਂ ਦੇ ਨਾਲ ਜਨਰਲ ਜ਼ੋਰਾਵਰ ਸਿੰਘ ਜੀ ਨੇ ਉਸ ਕਿਲੇ 'ਤੇ ਹਮਲਾ ਬੋਲ ਦਿੱਤਾ, ਧਾਵਾ ਬੋਲ ਦਿੱਤਾ, ਹੱਲਾ ਬੋਲ ਦਿੱਤਾ। ਇਹ ਹੱਲਾ ਐਡਾ ਤਕੜਾ ਬੋਲਦੇ ਸੀ, ਇੰਨੇ ਵਿਉਂਤਬੰਦੀ ਨਾਲ ਬੋਲਦੇ ਸੀ ਕਿ ਦੁਸ਼ਮਣ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਹੋ ਕੀ ਰਿਹਾ ਮੇਰੇ ਨਾਲ। ਅਤੇ ਇਹਨਾਂ ਦਾ ਹੱਲਾ ਕਰਨ ਦਾ ਟਾਈਮ ਹੀ ਉਹ ਹਮੇਸ਼ਾ ਰਾਤ ਦਾ ਹੁੰਦਾ ਹੈ, ਇਹ ਸੁੱਤੇ ਪਏ ਨੂੰ ਹੀ ਦਬੋਚਦੇ ਹੀ। ਅਤੇ ਇਹਨਾਂ ਨਾਲ ਕੁਛ ਘੰਟੇ ਦੀ ਜਦੋਜਹਿਦ ਥੋੜ੍ਹਾ ਯੁੱਧ ਹੋਇਆ, ਕੁਛ ਘੰਟਿਆਂ ਦੇ ਵਿੱਚ ਇਹਨਾਂ ਨਾਲ ਉਹ ਕਿਲਾ ਫਤਿਹ ਕਰ ਲਿਆ ਕਿਸ਼ਨ ਸਿੰਘ ਦਾ, ਅਤੇ ਉਸ ਨੂੰ ਖਾਲਸਾ ਰਾਜ ਦੇ ਵਿੱਚ ਲੈ ਆਉਂਦਾ। ਉਸ ਕਿਲੇ ਦੇ ਉੱਪਰ ਖਾਲਸਾ ਰਾਜ ਦਾ, ਉਸ ਕਿਲੇ ਦੀ ਹਿੱਕ 'ਤੇ ਖਾਲਸਾ ਰਾਜ ਦਾ ਝੰਡਾ ਗੱਡ ਦਿੱਤਾ। ਅਤੇ ਜਦੋਂ ਇਹ ਗੱਲ ਦਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਪਤਾ ਲੱਗਾ ਕਿ ਇਹਨਾਂ ਨੇ ਇੱਕ ਕਿਲੇ, ਇੱਕ ਰਾਜ ਨੂੰ ਜਿੱਤ ਲਿਆ ਸਿਰਫ 40 ਸਿਪਾਹੀਆਂ ਦੇ ਨਾਲ, ਇਸ ਇਹਨਾਂ ਦੀ ਬਹਾਦਰ ਦੇ ਨਾਲ, ਇਹਨਾਂ ਦੀ ਦਲੇਰੀ ਦੇ ਨਾਲ, ਇਹਨਾਂ ਸਿਰਫ 40 ਸਿਪਾਹੀਆਂ ਦੇ ਨਾਲ ਇਸ ਰਾਜ ਨੂੰ ਫਤਿਹ ਕਰਕੇ ਖਾਲਸਾ ਰਾਜ ਦੇ ਵਿੱਚ ਮਿਲਾ ਲਿਆ। ਅਤੇ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਪ੍ਰਸੰਨ ਹੋਏ, ਅਤੇ ਜਦੋਂ ਇਹ ਵਾਪਸ ਆਏ ਤਾਂ ਇਹਨਾਂ ਨੂੰ ਬਹੁਤ ਸੁਗਾਤਾਂ ਦੇ ਕੇ ਨਿਵਾਜਿਆ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ। ਬਹੁਤ ਖੁਸ਼ ਹੋਏ, ਬਹੁਤ ਪ੍ਰਸੰਨ ਹੋਏ। ਅਤੇ ਜੋ ਜਨਰਲ ਜ਼ੋਰਾਵਰ ਸਿੰਘ ਜੀ ਸੀ ਇਹ ਖਾਲਸਾ ਰਾਜ ਦੀਆਂ ਸਰਹੱਦਾਂ ਨੂੰ ਵੱਡਾ ਕਰਨਾ ਚਾਹੁੰਦੇ ਸੀ, ਖਾਲਸਾ ਰਾਜ ਨੂੰ ਹੋਰ ਦੂਰ ਤੱਕ ਫੈਲਾਉਣ ਦਾ ਸੁਪਨਾ ਦੇਖੀ ਬੈਠੇ ਸੀ। ਅਤੇ ਇਹਨਾਂ ਨਾਲ ਫਰਿਆਦ ਕੀਤੀ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਕਿ ਮੈਂ ਪਹਾੜੀ ਇਲਾਕਿਆਂ ਨੂੰ ਜਿੱਤਣਾ ਚਾਹੁੰਦਾ, ਲੇਹ ਲਦਾਖ ਵਰਗੇ, ਤਿੱਬਤ ਵਰਗੇ ਇਲਾਕੇ, ਇਸ ਸਾਈਡ ਨੂੰ ਜਿੱਤਣਾ ਚਾਹੁੰਦਾ ਮੈਂ, ਇਸ ਖਾਲਸਾ ਰਾਜ ਦੀਆਂ ਸਰਹੱਦਾਂ ਨੂੰ ਦੂਰ ਦੂਰ ਤੱਕ ਚੀਨ ਤੱਕ ਲਿਜਾਣਾ ਚਾਹੁੰਦਾ। ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਦੋਂ ਇਹ ਗੱਲ ਦੱਸੀ ਤਾਂ ਉਹ ਬਹੁਤ ਖੁਸ਼ ਹੋਏ, ਉਹਨਾਂ ਨਾਲ ਇਹਨਾਂ ਦੀ ਬਹਾਦਰੀ ਨਾਲ ਦਲੇਰੀ, ਅਤੇ ਉਹਨਾਂ ਨੂੰ ਪਤਾ ਸੀ ਇਹਨਾਂ ਨੂੰ 500 ਸਿਪਾਹੀ ਦੇ ਦਿੱਤੇ ਗਏ, ਦੋ ਸਿੰਘਾਂ ਦੀ ਅਗਵਾਈ ਹੇਠ ਇਹਨਾਂ ਨੂੰ 500 ਸਿਪਾਹੀਆਂ ਦਾ ਜਥਾ ਦੇ ਦਿੱਤਾ ਗਿਆ। ਅਤੇ ਇਹਨਾਂ ਨੂੰ ਉਹ 500 ਸਿਪਾਹੀ ਇਹ ਆਪਣੇ ਕਿਲੇ ਦੇ ਵਿੱਚ ਲੈ ਆਏ ਜਿਹੜਾ ਕਿਲਾ ਜਿੱਤਿਆ ਸੀ, ਅਤੇ ਉਸ ਕਿਲੇ ਦੇ ਵਿੱਚ ਉਸ ਨੂੰ ਬੇਸ ਕੈਂਪ ਬਣਾ ਲਿਆ ਗਿਆ, ਟ੍ਰੇਨਿੰਗ ਕੈਂਪ ਬਣਾ ਲਿਆ ਗਿਆ। ਅਤੇ ਉੱਥੇ ਆਪਣੇ ਇਹਨਾਂ ਫੌਜੀਆਂ ਨੂੰ ਅੱਤ ਦਰਜੇ ਦੀ ਯੂਰਪ ਤੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਗਾਰਡ ਮੰਗਾ ਕੇ, ਅਤੇ ਇਹਨਾਂ ਨੂੰ ਜਰਨੈਲ ਮੰਗਾ ਕੇ, ਅਤੇ ਇਹਨਾਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਉਸ ਕਿਲੇ ਦੇ ਵਿੱਚ, ਕਿਉਂਕਿ ਆਪਣੀ ਜਿਹੜੀ ਸਿੱਖ ਫੌਜ ਸੀ ਇਹ ਮੈਦਾਨੀ ਇਲਾਕੇ ਦੀ ਤਾਂ ਬਹੁਤ ਮਾਰ ਸੀ, ਪਰ ਪਹਾੜੀ ਇਲਾਕੇ ਦੀ ਨਹੀਂ ਸੀ, ਕਿਉਂਕਿ ਉਸ ਪਹਾੜੀ ਇਲਾਕੇ ਦੇ ਵਿੱਚ ਠੰਡ ਬਹੁਤ ਹੁੰਦੀ ਸੀ, -45 ਤੱਕ ਟੈਂਪਰੇਚਰ ਚਲਿਆ ਜਾਂਦਾ ਸੀ। ਅਤੇ ਪਹਾੜਿਆਂ ਦੇ ਵਿੱਚ ਆਕਸੀਜਨ ਦੀ ਕਮੀ ਕਰਕੇ ਇਹਨਾਂ ਨੂੰ ਖਾਸ ਟ੍ਰੇਨਿੰਗ ਦੇਣ ਦਾ ਉੱਥੇ ਫੈਸਲਾ ਕੀਤਾ, ਅਤੇ ਖਾਸ ਟ੍ਰੇਨਿੰਗ ਦਿੱਤੀ ਗਈ। ਅਤੇ ਜਦੋਂ ਇਹਨਾਂ ਦੀ ਖਾਸ ਟ੍ਰੇਨਿੰਗ ਖਤਮ ਹੋਈ, ਘੋੜ ਸਵਾਰੀ, ਤੀਰਬਾਜ਼ੀ,
तलवारबाजी ते तोड़ेदार बंदूकों की खास करके इन्हां नूं ते तोपां की ट्रेनिंग दी गई। ट्रेनिंग खत्म होंदे ही जनरल जोरावर सिंह जी ने फिर भावे बोलने शुरू कर दिते, हल्ला बोलना शुरू कर दिता। तो उस बेस कैंप नूं इन्हां दा एक उस किले नूं बेस कैंप बना लिया गया, राशन वगैरह उत्थे रख्या गया। अगे जो पिछू फौजां आउंदियां सी उस किले च ठहरदियां सी, फिर अगे जांदियां सी जंगा युद्धां दे लई। इन्हां नाल लेह लद्दाख नूं फतेह करदे होए, इस पहाड़ियां पहाड़ां नूं फतेह करदे होए, पहाड़ी राजां दे राज नूं फतेह करदे होए, सिख राज दे विच मिलाउंदे होए अगे वधदे गए। तो वधदे वधदे तिब्बत पहुँच गए। इन्हां नाल तिब्बत नूं फतेह किया, तिब्बत की हिक दे विच खालसा राज दा झंडा गड़ दिता। तो तुसीं हमेशा अक्सर सुनिया होना पिछे जे कि अपने अटल बिहारी वाजपेयी जी ने मंग की कि जो चाइना दे कोल जगह वा इंडिया की ये भारत की वह दे दी जाए, पर उन्होंने वह जगह देने तो इनकार कर दिता ही। पर वो जगह जनरल जोरावर सिंह जी ने जीती सी, वह कहिंदे सी ये जगह खालसा राज दी है, सरकारे खालसा दी है, जो खालसा राज जां खालसा सरकारे साढ़े तो मंगूगे असीं उन्होंने देवांगे, आपां तुहानूं ये जगह नहीं दे सकते। उस जगह के हिक दे झंडा गड्डन वाला जनरल जोरावर सिंह जी ही। तो जनरल जोरावर सिंह जी बहुत दलेर सन, बहुत दलेरी बहादुरी दे नाल इन्हां ने सिख राज दीआं जो सरहदां ही चीन दे नाल ला दित्तियां, चीन तक फैला दिता। तो पिछों महाराजा रणजीत सिंह जी अकाल चलाना कर गए, ये अगे वधदे गए हमेशा। तो जो अकाल चलाना कर गए महाराजा रणजीत सिंह जी, तो किले दे विच बहुत सियासतां शुरू हो गईआं, बहुत घमसान मच गया बहुत। तो महाराजा रणजीत सिंह जी तो बाद महाराजा शेर सिंह जी गद्दी ते आ गए, महाराजा बन गए पंजाब दे। ते उस तो बाद ध्यान सिंह डोगरियां फिर जिन्हां करके अज खालसा राज दा अंत होया, जिन्हां करके खालसा राज गया, उन्हां दीआं गद्दारियां करके खालसा राज गया। ध्यान सिंह डोगरा, गुलाब सिंह डोगरा ये हमेशा सिख कौम दा सिख राज दा खा गए, सिख राज दे पिट च छुरा मरन वाले। तो इन्हां दीआं चालां वड्डियां हो गई जो इन्हां नूं पता लग गया महाराजा रणजीत सिंह जी चले गए, ये सिख राज नूं हथियाउणा चाहुंदे सन। तो जनरल जोरावर सिंह जी इन्हां दे इलाकियां दे विच ही अगे वधे सन। ये जम्मू दे राजा सी ध्यान सिंह, जम्मू दा राजा ही ये उस टाइम। तो इन्हूं अपने राज दा पै गया, तो अपने सारा पै गया, हत्थां पैरां दी पै गई कि जनरल जोरावर सिंह जी तो बहुत तगड़े एक योधा बन गए आ, इन्हां दा किरदार बहुत उच्चा हो गया, इन्हां नूं अपना फिकर पै गया। तो इन्होंने की सोचा, तुहानूं पता सिख राज दे विच इन्हां ने जिहड़े जिहड़े इन्हां दे इह हथियाउणा चाहुंदे सी, जिहड़े इन्हां दे राह दे विच इन्हां नूं लगदे सी कि साडे राह दे विच इह रोड़े ने, उन्हां नूं इह पासे करने शुरू कर दिता। तो जनरल जोरावर सिंह जी भी इन्हां नूं इक रोड़ा लगे अपने राह दे विच। तो इन्हां ने जिहड़े पहाड़ी राजिआं नूं जित के जनरल जोरावर सिंह जी अगे वधे सन। तो इन्हां ने जनरल जोरावर सिंह दी अगली रणनीति तैयार की, उन्होंने कि हुण आपां जो ईस्ट इंडिया कंपनी जां इंडिया दे विच गोरियां नाल राज कीता होया वा, असीं हुण ओह राज हथियाउणा, ओह राज ते कब्जा करना, उस नूं भी खालसा राज दे विच लै के आउणा। इह सलाहां रूस दे नाल रल के, क्योंकि इह ब्रिटिश हकूमत इह सारिआं ते भारी ही उस टाइम, इन्हां राज्यां ते रूस ते जां अफगान दे इन्हां दे राज्यां दे नाल रल के इन्हां ने ब्यौतबंदी तैयार की, रणनीति तैयार की कि आपां गोरियां नूं भजाईए ते इत्थे अपना राज लागू करिए। तो ये गल का सूत्रां दे हवाले तो इन्हां डोगरे परिवार को पता लग गया, ये तो पहले ही इन्हां नूं पता लग गया जो ये गोरियां दे नाल महाराजा रणजीत सिंह दी जान तो बाद गोरियां दे नाल रल चुके सन, ये खालसा राज नूं हथियाउणा चाहुंदे सन, खालसा राज दीआं पिट्ठ छुरा मारना शुरू कर दिता सी इन्हां ने। तो इन्हां ने की किया, एक गेम खेडी महाराजा शेर सिंह जी दे कन्न भरे इन्हां ने कि अपने को राशन ते अपना बहुत खर्चा आ रहा, जो जनरल जोरावर सिंह जी अगे वध रहे ने अगे जा रहे ने, साडा बहुत खर्चा आ रहा, साडे सिपाहियां दा बहुत नुकसान हो रहा, साडा गोला बरूद बहुत लग रहा, साडा राशन बहुत लग रहा, बहुत खर्चा आ रहा, इन्हां नूं तुसीं इदां करो कि हुण थोड़ा टाइम इन्हां नूं रोक लो, इन्हां नूं वापस मंगा लो। ते उह महाराजा शेर सिंह जी, पर जिहड़े जनरल जोरावर सिंह जी उह अगे वधना चाहुंदे सन, पिछों मदद दी उह उम्मीद रखदे सन। ते उहनां नूं पता चल गया सी कि महाराजा रणजीत सिंह जी दे जाण तों बाद मैनूं पहला वर्गी मदद नहीं मिलनी, पर फिर भी उहनां नूं तो इधरों इन्होंने गेमां खेडनियां शुरू करतियां, चालां चलनियां शुरू कर दित्तियां डोगरा परिवार ने, डोगरियां ने इन्हां ने चाल चली। तो ये गोरियां नाल रल गए सी, गोरियां जदों इन्हां सूत्रां नाल ये पता लगा कि जनरल जोरावर सिंह जी एक एड्डी तगड़ी ब्यौतबंदी बनाई बैठे ने कि गोरियां नूं इन्हां दे राज तों भजाउणा चाहुंदे, तो इन्हां ने फिर ये गल जिहड़ी डोगरियां नाल गोरियां नूं दस दित्ती, तो उन्हां दे होश उड गए।
कि एडी तगड़ी रणनीति ये सानू सानू पैना चाहते साढ़े राजनीति होना चाहते है। तो उस तो बाद अपने राह दे विच इन्हां नाल रोड़े नू हटाउण दे लई डोगरा परिवार डोगरिया ने तो जिहड़े इन्हां नू वापस मंगा ले मंग पत्र भेजा महाराजा शेर सिंह जी तों लिखवा के कि तुसीं हुण वापस आ जाओ अगे ना वधो। तो ये वापस आउंदे ते ध्यान सिंह डोगरे नाल सूत्रां दे हवाले उन्हां नू खबर पहुँचा दित्ती जिहड़े राजे नू जित के गए। तो उन्होंने उन्होंने दस दिता कि शेर सिंह ए महाराजा जनरल जोरावर सिंह जी को सिर्फ 2000 सिपाही आ वापस आ रहे हैं, इन्हों घेर के जो इन्हों मौत दे घर घाट उतार दो। तो वह कबीले सारे इकट्ठे हो गए इन्हों वापस आंदियां क्योंकि पिछू मदद आ नहीं रही। तो जो ठंड बहुत ही उत्थे -45 बर्फ सारा कुछ जमया हुआ जी, स्नोफॉल इन्ना ही कि कोई पिछू मदद की उन्होंने आस नहीं रही, आ नहीं रही पिछू ये भेज नहीं रहे। तो उस टाइम फिर उन्होंने फैसला किया कि उन्होंने वापस चले जाना। जो आते आते उन्होंने 93,000 की उन्होंने कबीलिया ने फौज इकट्ठी कर ली जनरल जोरावर सिंह जी से हमला करने के लिए। जो कबीलिया ने हमला करने के लिए इन्नी फौज इकट्ठी कर ली, जो आए जनरल जोरावर सिंह जी 2000 सिपाहियों के नाल, सिपाही राशन की कमी होने कारण पहाड़ियाँ पहाड़ों के इन्नी ठंड के अग ना बलन करके उन्होंने कच्चा मांस से कच्चे चौल खाने पैंदे सन। तो उन्होंने नाल बहुत बीमारियां फैल चुकिया सन, तो वह बहुत कमजोर हो गए थे सिख फौज जिन्नी भी उन्होंने नाल। इन्होंने 93,000 फौज के नाल हमला किया तो सारी सिख राज के जोड़े योधे ही उन्होंने बहुत तगड़े हो गए, इन्हों का मुकाबला किया पर मुकाबले के सारे ढह ढेरी हो गए। तो जनरल जोरावर सिंह जी के पट से गोली बजी है, वह पट बन के भी लड़ते रहे, उन्होंने ईन नहीं मनी इन्हों की। आखिरकार एक नेजा एक वर्षा उन्होंने पिठ च वजा तो अगू छाती चू आर पार हो गया तो वह घोड़े तो थले डिगे। तुसी ये देख लो कि इन्ना जरनैल इन्ना सूरमे का डर ही कि उस दे लागे भी कोई नहीं गया, उस दे थले डिगे ते भी इन्होंने तीरबाजी की नेजे मारे फिर उस दे लागे गए। उस तो बाद इन्हां दे आपस दे विच जंग चल पी योधे की लाश ले जाण तो, जनरल जोरावर सिंह जी की लाश ले जाण तो इन्हां कबीलियां दे विच आपस दे विच लड़ाई शुरू हो गई। वह कहिंदे लाश असीं ले जाणी आ, वह कहिंदे लाश असीं ले जाणी। 3 घंटे ये घमसान का युद्ध होया लाश ले जाने लई। तो इन्हां तिब्बती लोगों के कर्मकांडी लोग है, इन्हां दे विच शेर की मास की ना शेर के मास की बहुत अहमियत है। ये कहिंदे कि शेर का मास घर रख्या होवे ते घर दे विच जिहड़े बच्चे पैदा होंदे दलेर बच्चे पैदा होंदे आ, जे बच्चे की बांह नूं शेर का मास बन्निया होवे तां बच्चा दलेर डर भै मुक जांदा दलेर निकलदा। तो जे घर बूहे बारियां नूं शेर का मास बन्निया होवे तां घर बुरियां नज़रां तों कलेश तों बचा रहिंदा। इन्हां दे विच आपसी जंग इन्नी चली उस लाश दे लई, जोरावर सिंह जी दी लाश दे लई। ये कहिंदे ये सोचदे सन कि शेर दी की औकात आ जनरल जोरावर सिंह जी दे अग्गे, शेर दी की औकात आ जनरल जोरावर सिंह जी अग्गे, जिन्नी दलेर ते जिन्नी बहादुर ये सूरमा सी, जिड्डा वड्डा सूरबा सूरवीर सी, वह ले आ गए इस मास को अपने घर के ले जाना चाहते सन, अपने बच्चों दाहवों को बनना चाहते सन। तो फिर गह गह लड़ाई हुई इन्हों की लाश के बदले। फिर सियाण ने सलाह की, इन्हों रोकी गई लड़ाई, तो इन्होंने कहा कि जोड़ा इस लाश की व्ध मुल पाऊगा वह इस लाश में लै जाऊगा। तो उस टाइम के 2 कबीले ने सब तो व्ध मुल पाया, तो इन्हों फटे रख के इन्हों लाश के टोटे टोटे किए, बोटियां बोटियां की गई। तो उस टाइम के 230 रुपये किलो, तो अज के टाइम के 22,000 रुपये किलो इन्हों का मास विकया। तो 1 किलो वाल 1200 रुपये किलो इन्हों वाल विके, तो लोग अपने घर इन्हों का मास खरीद के ले गए उस टाइम, तो अपने बच्चों के बाहवों बनिया अपने घर रखिया, डर भै तो दूर शेर की की औकात है कहते जनरल जोरावर सिंह जी के अगे, एडे महान एडे दलेर सन, शेर की जगह इन्हों का मास लैके गए वो घर। तो इन्ह का सारा मास वेचा, तो एक बांह रख ली गई। उस तो बाद इन्हों की बांह में एक मट के गड्या गया, दफनाया गया मिट्टी के। अज भी तिब्बती लोग अपन हो बच्चों जन्म देन वाली औरतं जिन्होंने प्रैगनेट होंदिया जिन्होंने बच्चों जन्म देना उन्होंने इसकी समाध ले जाते हैं ढोल नगारिया के नाल, तो उस समाध से मत्था टकाते, उस समाध में पूजते आ कि साढ़े जो बच्चा पैदा होना वो इस वर्गा बहादुर सूरवीर योधा पैदा हो, निडर पैदा हो, योधा पैदा हो। ये सन जनरल जोरावर सिंह जी, जिन्हों 95% लोग नहीं जानते, जिन्हों का इतिहास
ਜਿਨ੍ਹਾਂ ਨੇ ਚੀਨ ਦੀ ਹਿੱਕ ਤੇ ਸਿੱਖ ਰਾਜ ਦਾ ਝੰਡਾ ਕੱਢਿਆ ਸੀ। ਤੇ ਆਪਾਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਆਪਣੇ ਇਤਿਹਾਸ ਨਾਲ ਜ਼ਰੂਰ ਜੁੜੋ, ਵੱਧ ਤੋਂ ਵੱਧ ਜੁੜੋ, ਵੱਧ ਨੂੰ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ, ਇਤਿਹਾਸ ਨੂੰ ਆਪਣੇ ਬੱਚਿਆਂ ਨਾਲ ਆਪ ਸੁਣੋ, ਆਪਣੇ ਬੱਚਿਆਂ ਨੂੰ ਸੁਣਾਓ। ਤੇ ਇਹੀ ਹੈ ਜੀ, ਅਧੂਰਿਆਂ ਕੋਲੋਂ ਪੂਰਾ ਇਤਿਹਾਸ ਨਹੀਂ ਸੁਣਾਇਆ ਜਾ ਸਕਦਾ। ਤੁਹਾਨੂੰ ਪਤਾ ਇਤਿਹਾਸ ਨੂੰ ਦੇ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ, ਮਾਫ਼ ਕਰ ਦਿਓ ਜੇ ਕੋਈ ਗਲਤੀ ਹੋਈ ਹੋਵੇ ਜੀ। ਅਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਨਾਲ, ਅਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਬਾਕੀਆਂ ਦੇ ਨਾਲ, ਜ਼ਰੂਰ ਅੱਗੇ ਤੱਕ ਪਹੁੰਚਾਇਓ ਇਸ ਵੀਡੀਓ ਨੂੰ। ਇੱਦਾਂ ਦੇ ਮਹਾਨ ਯੋਧਿਆਂ ਦੇ ਕਿੱਸੇ ਸੁਣਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ, ਅਤੇ ਬਾਕੀ ਇਹ ਵੀ ਦੱਸ ਸਕਦੇ ਹੋ ਕਿ ਅਸੀਂ ਕਿਹੜਾ ਅਗਲਾ ਇਤਿਹਾਸ ਲੈ ਕੇ ਆਈਏ ਤੁਹਾਡੇ ਲਈ, ਕਿਸ ਮਹਾਨ ਜਰਨੈਲ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।